ਭਾਰਤੀਆਂ ਨੂੰ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਵਸਣ ਦੀ ਤਾਂਗਾਂ ਚਾਹੇ ਉਹ ਕੈਨੇਡਾ ਹੋਵੇ ਚਾਹੇ ਅਮਰੀਕਾ ਹੋਵੇ ਚਾਹੇ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡ ਚਾਹੇ ਇੰਗਲੈਂਡ ਹੋਵੇ ਇਥੋਂ ਦਾ ਕਿ ਨੇਪਾਲ ਪਟਾਨ ਵਰਗੇ ਦੇਸ਼ਾਂ ਦੇ ਵਿੱਚ ਵੀ ਭਾਰਤੀ ਜਾ ਕੇ ਉੱਥੇ ਰਹਿਣਾ ਚਾਹੁੰਦੇ ਨੇ ਕੰਮਕਾਰ ਕਰਨਾ ਚਾਹੁੰਦੇ ਨੇ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਲੇਕਿਨ ਕਰੀਬ 1 ਲੱਖ ਭਾਰਤੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਜਾਂਦਾ ਫੜਿਆ ਗਿਆ ਤੇ ਅਮਰੀਕਾ ਦੇ ਸੰਸਦਾਂ ਨੇ ਇਹ ਇਲਜ਼ਾਮ ਲਗਾ ਦਿੱਤੇ ਨੇ ਕਿ ਅਸਲ ਇਹ ਜਿਹੜੇ ਲੋਕ ਭਾਰਤ ਛੱਡ ਕੇ ਅਮਰੀਕਾ ਦੇ ਵਿੱਚ ਵਸਣ ਦੀ ਤਾਂਗ ਦੇ ਨਾਲ ਗੈਰਕਾਨੂੰਨੀ ਜਰੀਏ ਆਉਂਦੇ ਨੇ ਇਹਨਾਂ ਨੂੰ ਭਾਰਤ ਦੇ ਵਿੱਚ ਰਹਿਣ ਦਾ ਡਰ ਹੈ ਅਮਰੀਕਾ ਦੇ ਕਿਸਾਨਸ ਨੇ ਵੱਡੀ ਟਿੱਪਣੀ ਕੀਤੀ ਹੈ ਹਾਲਾਂਕਿ ਭਾਰਤ ਸਰਕਾਰ ਵੱਲੋਂ ਇਸ ਟਿੱਪਣੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਲੇਕਿਨ ਜਿਹੜੇ ਅੰਕੜੇ ਆਏ ਨੇ ਉਹ ਹੈਰਾਨ ਕਰਨ ਵਾਲੇ ਨੇ ਕਿ 1 ਲੱਖ ਦੇ ਕਰੀਬ ਜਿਹੜਾ ਭਾਰਤੀ ਆ ਉਹ ਗੈਰਕਾਨੂੰਨੀ ਜਰੀਏ ਅਮਰੀਕਾ ਗਿਆ ਸੀ ਤੇ ਜਿੱਥੇ ਅਮਰੀਕਾ ਵਾਲਿਆਂ ਨੇ ਫੜ ਲਏ ਨੇ ਔਰ ਗੈਰਕਾਨੂੰਨੀ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੇ ਭਾਰਤੀ ਔਰ ਅਮਰੀਕਾ ਦੇ ਸੰਸਦ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਇਹ ਉਹ ਲੋਕ ਅਮਰੀਕਾ ਆ ਰਹੇ ਨੇ ਜਿਨ੍ਹਾਂ ਨੂੰ ਭਾਰਤ ਰਹਿਣ ਚ ਡਰ ਆ ਖਦਸ਼ੇ ਨੇ ਇਸ ਮਸਲੇ ਦੇ ਵਿੱਚ ਯੂ ਐਸ ਏ ਕਸਟਮਰਸ ਐਂਡ ਬਾਰਡਰ ਪ੍ਰੋਟੈਕਸ਼ਨ ਜਿਹੜੀ ਉੱਥੇ ਦੀ ਫੋਰਸ ਉਹਨਾਂ ਦੇ ਤਾਜ਼ਾ ਅੰਕੜੇ ਅਨੁਸਾਰ ਅਕਤੂਬਰ 2022 ਤੋਂ ਲੈ ਕੇ ਸਤੰਬਰ 2023 ਮਤਲਬ 1 ਸਾਲ 1 ਸਾਲ ਦੇ ਦਰਮਿਆਨ ਕਰੀਬ 96997 ਭਾਰਤੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਜੋ ਪਿਛਲੇ ਸਾਲਾਂ ਨਾਲੋਂ 5 ਗੁਣਾ ਵਧਾ ਅੰਕੜੇ ਅਨਸਾਰ 2019-2020 ਵਿੱਚ ਕਰੀਬ 19883 ਭਾਰਤੀਆਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਚ ਵੜਨ ਦੇ ਮਸਲੇ ਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਕਿ 2020-2021 ਚ ਅੰਕੜੇ ਵਧ ਕੇ 30662 ਭਾਰਤੀ ਹੋ ਗਏ ਸੀ ਜਿਨ੍ਹਾਂ ਨੂੰ ਅਮਰੀਕਾ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਔਰ 2021-2022 ਵਿੱਚ ਇਹ ਗਿਣਤੀ ਵਧ ਕੇ 63927 ਹੋਗੀ ਤੇ ਅਕਤੂਬਰ 2022 ਤੋਂ ਲੈ ਕੇ ਇਸ ਸਾਲ ਸਤੰਬਰ ਮਹੀਨੇ ਤੱਕ ਜਿਹੜੇ ਗ੍ਰਿਫਤਾਰ ਕੀਤੇ ਗਏ ਭਾਰਤੀ ਉਹਨਾਂ ਦੇ ਵਿੱਚ 96997 ਭਾਰਤੀਜਨ ਜਿਨ੍ਹਾਂ ਨੂੰ ਜਿਨ੍ਹਾਂ ਚੋਂ 3010 ਕੈਨੇਡਾ ਦੀ ਸਰਹੱਦ ਤੇ ਤੇ 41770 ਨੂੰ ਮੈਕਸੀਕੋ ਦੀ ਸਰਹੱਦ ਤੇ ਗ੍ਰਿਫਤਾਰ ਕੀਤਾ ਗਿਆ ਮੈਕਸੀਕੋ ਦੇ ਮਸਲੇ ਦੇ ਵਿੱਚ ਤੇ ਫਿਲਮਾਂ ਵੀ ਬਣ ਚੁੱਕੀਆਂ ਨੇ ਪੰਜਾਬੀ ਫਿਲਮ ਆਈ ਸੀ ਮੈਕਸੀਕੋ ਤੇ ਕਿਵੇਂ ਦੁੱਖਾਂ ਜਾਂ ਭੁੱਖਾਂ ਦੇ ਵਿੱਚ ਜਿਹੜੇ ਮੁੰਡੇ ਨੇ ਉਹ ਉੱਥੇ ਪਹੁੰਚਦੇ ਨੇ ਤੇ ਕਈ ਤੇ ਰਾਹਸਤੇ ਦੇ ਵਿੱਚ ਹੀ ਮਰ ਜਾਂਦੇ ਹੈਗੇ ਨੇ ਤੇ ਅੰਕੜੇ ਉਹ ਨੇ ਜਿਹੜੇ ਕਰੀਬ 1 ਲੱਖ ਦੇ ਕਰੀਬ ਜਿਹੜੇ ਭਾਰਤੀ ਨੇ ਗੈਰ ਕਾਨੂੰਨੀ ਜਰੀਏ ਕੋਈ ਕੈਨੇਡਾ ਦੇ ਰਾਸਤੇ ਕੋਈ ਮੈਕਸੀਕੋ ਦੇ ਜਰੀਏ ਭੁੱਖੇ ਭਾਣੇ ਜੰਗਲਾਂ ਦੇ ਰਾਹੀ ਪਹੁੰਚਦੇ ਨੇ ਸਮੁੰਦਰ ਦੇ ਰਾਹੀ ਪਹੁੰਚਦੇ ਨੇ ਤੇ ਕਈ ਤੇ ਰਾਸਤੇ 'ਚ ਹੀ ਅਲਵਿਦਾ ਆਖ ਜਾਂਦੇ ਨੇ ਇਸ ਸੰਸਾਰ ਨੂੰ ਔਰ ਲੱਖਾਂ ਰੁਪਏ ਪੰਜਾਬ ਜਾਂ ਲੱਖ ਰੁਪਏ ਲੋਕ ਅਮਰੀਕਾ ਲਾ ਕੇ ਜਾ ਰਹੇ ਨੇ ਮੈਕਸੀਕੋ ਦੇ ਜ਼ਰੀਏ ਤਿੰਨ ਤਿੰਨ ਮਹੀਨੇ ਤੇ ਉੱਥੇ ਜੰਗਲ ਲੱਗ ਜਾਂਦੇ ਉਸ ਤੋਂ ਬਾਅਦ ਉਹਨਾਂ ਨੂੰ ਜੇ ਮੈਕਸੀਕੋ ਦੀ ਦਵਾਰ ਟੱਪ ਜਾਣ ਤੇ ਫਿਰ ਇੱਕ ਇੱਕ ਮਹੀਨਾ ਕੈਂਪ ਚ ਵੀ ਰਹਿਣਾ ਪੈਂਦਾ ਹੈਗਾ ਔਰ ਸਭ ਤੋਂ ਵੱਡਿਆ ਗ੍ਰਿਫਤਾਰ ਕੀਤੇ ਗਏ ਵਿਕਤੀਆਂ ਨੂੰ ਚਾਰ ਸ਼੍ਰੈਣੀਆਂ ਤੇ ਤਹਿਤ ਵੰਡਿਆ ਗਿਆ ਇਹਨਾਂ ਦੇ ਨਾਲ ਰਹਿਣਸਾਲੇ ਰਹਿਣ ਵਾਲੇ ਨਵਾਲਕ ਜਿਹੜੇ ਨੇ ਪਰਿਵਾਰਕ ਜੂਨੀਅਰ ਵਿੱਚ ਵਿਕਤੀ ਜਿਹੜੇ ਇਕੱਲੇ ਲੋਕ ਨੇ ਤੇ ਗੈਰ ਸੰਗਠਿਤ ਬੱਚੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹੜੇ ਇਕੱਲੇ ਜਾਂਦੇ ਨੇ ਉਹਨਾਂ ਦੀ ਸਭ ਤੋਂ ਵੱਡੀ ਗਿਣਤੀ ਆ ਗਈ ਹੈ ਵਿੱਤੀ ਸਾਲ 2023 ਵਿੱਚ 84 ਹਜ਼ਾਰ ਦੇ ਕਰੀਬ ਜਿਹੜੇ ਭਾਰਤੀ ਉਹ ਬਾਲਗ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਨੇ ਜਿਨ ਬਾਲਗ ਮਤਲਬ ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਵਾ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ 730 ਨਬਾਲਿਕ ਵੀ ਹਨ ਅਮਰਿਕਾ ਦੀ ਸੰਘੀ ਸਰਕਾਰ ਦਾ ਵਿੱਤੀ ਸਾਲ 1 ਅਕਤੂਬਰ 30 ਸਤੰਬਰ ਤੱਕ ਇਹ ਚੱਲਦਾ ਹੈ ਇਸ ਦੌਰਾਨ ਜਿਹੜੇ ਉਥੋਂ ਦੇ ਸੈਨੇਟਰ ਨੇ ਸੈਨੇਟਰ ਜੇਮਸ ਲੈਕਫੋਰਡ ਉਹਨੇ ਸੈਨੇਟ ਦੇ ਵਿੱਚ ਕਿਹਾ ਕਿ ਇਸ ਸਾਲ ਹੁਣ ਤੱਕ ਭਾਰਤ ਤੋਂ 45000 ਜਿਹੜੇ ਲੋਕ ਨੇ ਉਹ ਅਮਰੀਕਾ ਵਿੱਚ ਦਾਖਲ ਹੋ ਚੁੱਕੇ ਨੇ ਔਰ ਉਹਨੇ ਇਹ ਵੀ ਕਿਹਾ ਕਿ ਇਹ ਲੋਕ ਫਰਾਂਸ ਵਰਗੇ ਦੇਸ਼ਾਂ ਤੋਂ ਮੈਕਸੀਕੋ ਦੇ ਅਮਰੀਕਾ ਦੀ ਸਰਦ ਦੇ ਨਜ਼ਦੀਕ ਲੱਗਦੇ ਹਵਾਈ ਅੱਡਿਆਂ ਤੱਕ ਪਹੁੰਚਣ ਲਈ ਉਡਾਨਾਂ ਲੈਂਦੇ ਨੇ ਅਤੇ ਫਿਰ ਉਥੋਂ ਸਰਦ ਤੱਕ ਕਿਰਾਏ ਤੇ ਬੱਸ ਲੈ ਕੇ ਪੁੱਜਦੇ ਨੇ ਇਸ ਤੋਂ ਬਾਅਦ ਇਹ ਕਾਰਟਲਾਂ ਵਿੱਚ ਉਹਨਾਂ ਨੂੰ ਆਖਰੀ ਡਿਲੀਵਰੀ ਲਈ ਛੱਡ ਦਿੱਤਾ ਜਾਂਦਾ ਅਮਰੀਕਾ ਦੀ ਸਰਹੱਦ ਦੇ ਦਾਖਲ ਹੋਣ ਤੋਂ ਬਾਅਦ ਇਹ ਲੋਕ ਇਹ ਕਹੇ ਕਿ ਰਾਜਨੀਤਿਕ ਸ਼ਰਨ ਮੰਗਦੇ ਨੇ ਕਿ ਸਾਨੂੰ ਭਾਰਤ ਦੇ ਵਿੱਚ ਖਤਰਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੇ ਅਮਰੀਕਾ ਦੇ ਸੈਨੇਟਰ ਨੇ ਜਾਂ ਉੱਥੋਂ ਦੇ ਸੰਸਦ ਨੇ ਵੱਡੀ ਟਿੱਪਣੀ ਕੀਤੀ ਹੈ ਕਿ ਲੋਕ ਇਸ ਕਰਕੇ ਅਮਰੀਕਾ ਵਸ ਰਹੇ ਕਿ ਇਹਨਾਂ ਨੂੰ ਭਾਰਤ ਵਿੱਚ ਖਤਰਾ ਹਾਲਾਂਕਿ ਭਾਰਤ ਸਰਕਾਰ ਵੱਲੋਂ ਅਜਿਹੀ ਕੋਈ ਟਿੱਪਣੀ ਦਾ ਜਵਾਬ ਨਹੀਂ ਕੀਤਾ ਗਿਆ ਲੇਕਿਨ ਸਭ ਤੋਂ ਵੱਡੀ ਗੱਲ ਕਿ ਭਾਰਤੀ ਹੋਣ ਜਾਂ ਪੰਜਾਬੀ ਹੋਣ ਜਾਂ ਗੁਜਰਾਤੀ ਹੋਣ ਉਹ ਇਹ ਸਭ ਤੋਂ ਵੱਧ ਵੱਡੀ ਗਿਣਤੀ ਵਿੱਚ ਅਮਰੀਕਾ ਜਾ ਰਹੇ ਨੇ ਗੁਜਰਾਤੀ ਤੇ ਪੰਜਾਬੀ ਔਰ ਔਰ ਗੁਜਰਾਤ ਪ੍ਰਾਈਮ ਮਿਨਿਸਟਰ ਦਾ ਜੱਦੀ ਸੂਬਾ ਉੱਥੋਂ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਜਾ ਰਹੇ ਨੇ ਔਰ ਉਸ 1 ਲੱਖ ਦੇ ਕਰੀਬ ਜਿਹੜੇ ਗੈਰਕਾਨੂੰਨੀ 18 ਸਾਲ ਦੇ ਵਿੱਚ ਅਮਰੀਕਾ ਨੇ ਪੜਿਆ ਕਿ ਨਹੀਂ ਅਮਰੀਕਾ ਸਰਕਾਰ ਦਾ ਮੰਨਣਾ ਕਿ ਇਹ ਮੈਕਸੀਕੋ ਦੇ ਜ਼ਰੀਏ ਔਰ ਕੈਨੇਡਾ ਦੇ ਜ਼ਰੀਏ ਆਉਂਦੇ ਨੇ ਗੈਰਕਾਨੂੰਨੀ ਢੰਗ ਨਾਲ ਕਿਉਂਕਿ ਇਹਨਾਂ ਨੂੰ ਭਾਰਤ 'ਚ ਖਤਰਾ ਕਿਉਂਕਿ ਉਸੇ ਗਰਾਊਂਡ ਤੇ ਫਿਰ ਇਹ ਸ਼ਰ ਲੈਂਦੇ ਆ ਕਿ ਨਹੀਂ ਅੰਕੜੇ ਹੈਰਾਨ ਕਰਨ ਵਾਲੇ ਪਰੇਸ਼ਾਨ ਕਰਨ ਵਾਲੇ ਨੇ ਲੇਕਿਨ ਭਾਰਤੀਆਂ ਦੀ ਅਮਰੀਕਾ ਦੀ ਤਾਂਗ ਵੀ ਸਿਰੇ ਦੀ ਆ ਦੇਖਦੇ ਇਸ ਮਸਲੇ ਤੇ ਜਿਹੜੀ ਟਿੱਪਣੀ ਕੀਤੀ ਆ ਅਮਰੀਕਾ ਦੀ ਸਰਕਾਰ ਨੇ ਅਮਰੀਕਾ ਦੇ ਸੰਸਦ ਨੇ ਕਿ ਭਾਰਤ ਵਿੱਚ ਇਹਨਾਂ ਨੂੰ ਖਤਰਾ ਇਸ ਕਰਕੇ ਇੱਥੇ ਆ ਕੇ ਸ਼ਰਨ ਲੈਂਦੇ ਆ ਕਿ ਨਹੀਂ ਫਿਰ ਅਪਲਾਈ ਕਰ ਦਿੰਦੇ ਆ ਕਿ ਨਹੀਂ ਉਹਦੇ ਚ ਕਿੰਨੀਆਂ ਸਚਾਈਆਂ ਜਿਹੜੇ ਲੋਕ ਜਾ ਰਹੇ ਵਾਕਿ ਉਹਨਾਂ ਨੂੰ ਖਤਰਾ ਜਾਂ ਰੋਜੀ ਰੋਟੀ ਦੀ ਤਲਾਸ਼ ਲਈ ਉਹਨਾਂ ਨੂੰ ਇੱਕ ਅਮਰੀਕਾ ਇੱਕ ਵਧੀਆ ਮੁਲਕ ਲੱਗਦਾ ਹੈਗਾ ਫਿਲਹਾਲ ਇਸ ਜਾਣਕਾਰੀ ਉਹਨਾਂ ਦਾ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ